ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਪਹੁੰਚੇ ਆ ਪਿੰਡ ਧਮੋਟ ਕਲਾ ਤੇ ਬਾਈ ਜੀ ਕੀ ਨਾਮ ਆ ਆਪਣਾ ਬਿੱਟੂ ਹੈ ਬਾਈ ਬਿੱਟੂ ਇਹ ਬਾਬਾ ਬਿੱਟੂ ਧਮੋਟ ਜੀ ਤੇ ਆਪਣਾ ਵੀ ਨਾਮ ਦੱਸੋ ਜੀ ਬਿੱਟੂ ਹੈ ਤਾਂ ਬਈ ਬਾਪਾ ਜੀ ਭਾਈ ਦਾ ਨਾਮ ਵੀ ਬਿੱਟੂ ਹੈ ਬਾਈ ਹੁਣਾਂ ਦਾ ਨਾਮ ਵੀ ਬਿੱਟੂ ਹੀ ਆ ਤਾਂ ਤੁਹਾਨੂੰ ਦੱਸ ਦਈਏ ਇੱਕ ਨਾ ਆਪਣੇ ਸ਼ੰਕਾ ਜੀ ਰਹਿੰਦੀ ਹੈਗੀ ਸੀ ਉਸਤਾਦ ਫੌਜੀ ਧਮੋਟ ਵਾਲੇ ਕਬੂਤਰਾਂ ਦੀ ਉਰੇ ਆਪਾਂ ਆਏ ਸੀ ਹੂਟਰ ਸਿਸਟਮ ਲਗਾਉਣ ਲਈ ਤੇ ਆਪਾਂ ਨਾ ਕਲੀਅਰ ਕੀਤੀ ਗੱਲ ਕਿਉਂਕਿ ਜਿਹੜੀਆਂ ਵਿੱਚ ਕੁਝ ਪੁਰਾਣੀਆਂ ਗੱਲਾਂ ਹੁੰਦੀਆਂ ਖਿਡਾਰੀਆਂ ਦੀਆਂ ਹੁੰਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਈ ਵਾਰ ਗਲਤ ਹੋ ਜਾਂਦੀਆਂ ਜੀ ਤੇ ਆਪਾਂ ਬਾਈ ਹੁਣੇ ਕੋਲ ਸਿਰਫ ਇੰਨਾ ਪੁੱਛਣਾ ਹੈਗਾ ਵੀ ਜਿਹੜੇ ਕਬੂਤਰ ਬਣੇ ਸੀ ਟਾਂਕੀ ਵਾਲੇ ਉਹ ਤੁਸੀਂ ਦੱਸ ਰਹੇ ਸੀ ਉਹ ਕਿਵੇਂ ਬਣੇ ਉਹ ਦੱਸਿਓ ਜੀ ਟਾਂਕੀ ਵਾਲੇ ਕਬੂਤਰ ਬਾਈ ਨੇ ਆਪਣੇ ਫੌਜੀ ਨੇ ਟਾਂਕੀ ਲੈ ਕੇ ਆਂਦੀ ਸੀ ਜੱਫੇਦਾਰ ਤੋਂ ਦੇ ਦੋ ਜੱਫੇਦਾਰ ਡੇਲੋਂ ਤੋਂ ਹਾਂਜੀ ਉਹ ਬੱਚਾ ਲਿਆਂਦਾ ਵੀ ਛੋਟਾ ਜਿਹਾ ਠੀਕ ਹੈ ਜੀ ਉਹਦੇ ਤੋਂ ਬਸ ਬੜਿਆ ਪੈਦਾ ਹੋਇਆ ਜੀ ਜਥੇਦਾਰ ਡੇਲੋਂ ਤੋਂ ਜਿਹੜੇ ਹੈਗੇ ਆ ਉਹ ਲਿਆਂਦੇ ਸੀ ਬਾਬਾ ਜੀ ਇੱਧਰ ਲਾਓ ਕੁਰਸੀ ਲਾਗੇ ਕਰ ਲਓ ਇਹ ਇੱਕ ਹੀ ਕਬੂਤਰ ਲਿਆਂਦਾ ਸੀ ਜੀ ਤਿੰਨ ਕਬੂਤਰ ਲਿਆਂਦੇ ਉਹ ਟਾਈਮ ਠੀਕ ਹੈ ਜੀ ਦੂਜਿਆਂ ਦੇ ਤਾਂ ਨਹੀਂ ਮਿਲਣਾ ਉੱਡੇ ਤੇ ਉਹਦੀ ਮੋਟੀ ਆਪ ਵੀ ਉੱਡੀ ਵਧੀਆ ਦੇ ਬੱਚੇ ਜਿਹੜੇ ਹੁੰਦੇ ਆ ਠੀਕ ਹੈ ਜੀ ਤੇ ਇਹ ਜਿਹੜੀ ਕਬੂਤਰੀ ਹੈਗੀ ਸੀ ਇੱਕੋ ਹੀ ਹੈਗੀ ਸੀ ਇਹ ਬਸ ਤਿੰਨ ਲਾ ਕੇ ਆਉਂਦੀ ਸੀ ਜਦੋਂ ਠੀਕ ਹੈ ਜੀ ਤੇ ਇਹ ਜਾਨੀ ਉੱਡੀ ਵੀ ਚੰਗੀ ਤੇ ਇਹਦੇ ਗਾਹਾਂ ਬੱਚੇ ਵੀ ਜਿਹੜੇ ਇੱਕ ਬਿੱਟੂ ਕੋ ਬੈਠਾ ਜਿਵੇਂ ਬਟਾਰੀ ਵਾਲਾ ਉਹਦਾ ਪੁੱਤ ਸੀਗਾ ਹਾਂਜੀ ਤੇ ਕਾਲੀ ਗੰਝ ਵਾਲਾ ਸੀ ਹਾਂਜੀ ਲਤਾਲੇ ਵਾਲੀ ਇੱਕ ਲਤਾਲੇ ਉਹਦੀ ਸੱਟੀ ਸੀ ਉਹਦੀ ਪੱਠ ਠੀਕ ਹੈ ਇਹ ਤਿੰਨ ਚਾਰ ਕੇ ਭਾਈ ਚਾਰ ਸੀ ਚਾਰ ਆ ਨਹੀਂ ਸੀਗੇ ਠੀਕ ਹੈ ਜੀ ਉਹ ਤੋਂ ਬਾਅਦ ਉਹ ਪੂਰਦੀ ਦਾ ਮਾਰ ਹੋ ਗਈ ਸੀ ਪਰ ਇਹਦੇ ਗਾਹਾਂ ਜਿਹੜੇ ਬੱਚੇ ਸੀ ਉਹਨਾਂ ਦਾ ਗਾਹਾਂ ਤਾਂ ਜਾਨੀ ਵਧੀਆ ਪਿਆ ਉਹਦੇ ਦੋ ਟੈਂਕੀ ਵਾਲੇ ਤਾਂ ਅਸੀਂ ਉੱਥੋਂ ਬੱਜ ਗਏ ਉੱਥੋਂ ਟੈਂਕੀ ਵਾਲੇ ਬੱਜੇ ਹਾਂਜੀ ਤੇ ਤੁਸੀਂ ਜਿਹੜਾ ਕਬੂਤਰਾਂ ਦਾ ਤੁਹਾਡਾ ਸ਼ੌਂਕ ਹੀ ਗਾ ਸੀ ਇਹ ਫੌਜੀ ਸਾਹਿਬ ਦੇ ਨਾਲ ਮਤਲਬ ਤੁਸੀਂ ਨਾਲ ਕਰਦੇ ਸੀ ਉਹਨਾਂ ਦੇ ਸ਼ੌਂਕ ਪਹਿਲਾਂ ਸਾਡੇ ਜਿੱਦਾਂ ਲਾ ਲਓ ਜੀ ਅੰਦਰ ਸਾਡੇ ਭਰਾ ਸ਼ਾਦੀ ਇਹਨਾਂ ਦੇ ਰੱਖੇ ਹੁੰਦੇ ਸੀ ਮੈਂ ਤਾਂ ਛੋਟਾ ਹੁੰਦਾ ਸੀਗਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਫੌਜੀ ਦੇ ਵੀ ਪਹਿਲਾਂ ਦੇ ਕਬੂਤਰ ਉਹਨੇ ਵੀ ਫੌਜ 'ਚ ਸੀਗਾ ਫੌਜ 'ਚ ਵੀ ਨਾਲ ਲੈ ਕੇ ਗਿਆ ਕਬੂਤਰ ਇੱਥੋਂ ਵੀ ਲੈ ਕੇ ਗਿਆ ਹਨ ਠੀਕ ਹੈ ਜੀ ਉਹ ਤੋਂ ਬਾਅਦ ਜਦ ਫੌਜ 'ਚ ਵੀ ਰੱਖੇ ਉਹਨੇ ਤੇ ਜਦੋਂ ਬਾਅਦ 'ਚ ਆਇਆ ਪੈਨਸ਼ਨ ਹੋ ਗਿਆ ਮੈਨੂੰ ਤਾਂ 85-86 'ਚੋਂ ਪੈਨਸ਼ਨ ਹੋ ਕੇ ਆ ਗਿਆ ਠੀਕ ਹੈ ਜੀ ਤੇ ਉਦੋਂ ਬਾਅਦ ਫਿਰ ਬਿੱਟੂ ਨੇ ਅਸੀਂ ਵੀ ਉਹਨਾਂ ਕੋਲ ਜਾਂਦੇ ਸੀ ਸਾਡਾ ਤਾਂ ਜਿਵੇਂ ਨਾਲ ਘਰ ਸੀਗਾ ਠੀਕ ਹੈ ਜੀ ਤੇ ਫਿਰ ਉਹਦੇ ਕੋਲ ਬਾਈ ਕੋਲ ਹੀ ਜਾਂਦੇ ਹੋ ਅਸੀਂ ਉੱਥੋਂ ਹੀ ਸਾਨੂੰ ਸ਼ੌਂਕ ਯਾਨੀ ਉਹਨੂੰ ਦੇਖ ਕੇ ਵਧੀ ਗਿਆ ਠੀਕ ਹੈ ਜੀ ਤੇ ਤੁਸੀਂ ਬਾਹਰ ਕਦੋਂ ਗਏ ਸੀ ਬਾਹਰ ਗਏ ਮੈਂ 99 99 ਚ ਜਦੋਂ ਤੁਸੀਂ ਗਏ ਉਦੋਂ ਬਾਜੀਆਂ ਇੱਥੇ ਛੱਡਦੇ ਸੀ ਤੁਸੀਂ ਛੱਡਿਆ ਹਾਂ ਠੀਕ ਹੈ ਜੀ ਸਰ ਇਹ ਇਕੱਠੇ ਛੱਡਦੇ ਸੀ ਬਿੱਟੂ ਸੀ ਮੈਂ ਸੀ ਆਪਣੇ ਜਿਹੜਾ ਮੁੰਡਾ ਪਿੰਡ ਦਾ ਕਹਿੰਦਾ ਪੁੱਛਿਆ ਜੀ ਸਾਰੇ ਸਾਡੀ ਇਕੱਠੀ ਇੱਕੋ ਪਾਰਟੀ ਸੀ ਸਾਰੇ ਫੌਜੀ ਕੋਲੇ ਜਾਂਦੇ ਆਉਂਦੇ ਸੀ ਉਹਨਾਂ ਦੇ ਨਾਲ ਹੀ ਖੜਦੇ ਸੀ ਚਾਰ ਬੰਦੇ ਮੇਨ ਹੁੰਦੇ ਸੀ ਬਾਈ ਠੀਕ ਹੈ ਜੀ ਦੋ ਚਾ ਭੋਲੂ ਸਿਉੜਾ ਠੀਕ ਹੈ ਜੀ ਦੋ ਐਸ ਠੀਕ ਹੈ ਜੀ ਇਹ ਚਾਰ ਬੰਦੇ ਅਸੀਂ ਬਾਕੀ ਦੇ ਅੱਗੋਂ ਵਿੱਚੋਂ ਆਈ ਗਏ ਸੀ ਆਈ ਜਾਂਦੇ ਸੀਗੇ ਠੀਕ ਹੈ ਜੀ ਚਾਰ ਬੰਦੇ ਮੇਨ ਅਸੀਂ ਚਾਰ ਸੀ ਠੀਕ ਹੈ ਜੀ ਹਾਂ ਅਸੀਂ ਇਹ ਬਾਜੀਆਂ ਦੇ ਦੋ ਇਹ ਵੱਧ ਜਾਂਦੇ ਰਹੇ ਬਿਲਕੁਲ ਬਿਲਕੁਲ ਜੀ ਹਾਂ ਯਾਨੀ ਇਹ ਵੱਧ ਰਿਹਾ ਹਾਂਜੀ ਸਾਡੇ ਨਾਲੋਂ ਕਿਉਂ ਘਰ ਵੀ ਨੇੜੇ ਸੀਗਾ ਯਾਨੀ ਇਹਨੂੰ ਸ਼ੌਂਕ ਸੀ ਬਾਜੀ ਬੁਜੀ ਇਹੀ ਛਡਾਉਂਦਾ ਸੀ ਨਾਲ ਇਹਦੀ ਨਿਆਣੀ ਉਮਰ ਸਾਡੇ ਨਾਲ ਛੋਟਾ ਇਹ ਹੈ ਜਾਣ ਜੀ ਇਹਨੂੰ ਕਬੂਤਰਾਂ ਬਾਰੇ ਯਾਰ ਸਭ ਘਰ ਬਾਰੇ ਪਰਖ ਵਾਲੀ ਸੀ ਠੀਕ ਹੈ ਜੀ ਹਾਂ ਫੌਜੀ ਸਾਹਿਬ ਕੋਲ ਹੋਰ ਵੀ ਕੋਈ ਕਬੂਤਰ ਹੈਗੇ ਸੀ ਇਹ ਮਤਲਬ ਜਿੱਦਾਂ ਵੀ ਹੁਣ ਇਕੱਲੇ ਸ਼ਾਹ ਆਖੇ ਤਾਂ ਹੋਣਗੇ ਨਹੀਂ ਜੀ ਤਿੰਨ ਚਾਰ ਨਸਲਾਂ ਸੀਗੀਆਂ ਕਾਲ ਸਿਰੀ ਹੋਈ ਤਿੰਨ ਚਾਰ ਨਸਲਾਂ ਪੈਦਾ ਹੋਈਆਂ ਜਾਣੀ ਜਦ ਉਹਨੇ ਅਸੀਂ ਫੌਜ ਤੋਂ ਇੱਥੇ ਆ ਕੇ ਪੈਸੇ ਰੱਖੇ ਨੇ ਜਾਣੀ ਮੇਨ ਕਬੂਤਰ ਤਾਂ ਪਹਿਲਾਂ ਉਹਨਾਂ ਦੇ ਘਰੇ ਸੀਗੇ ਵੀ ਠੀਕ ਹੈ ਜੀ ਰਾਈਟ ਤੇ ਉਹਨਾਂ ਜਦੋਂ ਜਾਣੀ ਉਹਨਾਂ ਬਾਰੇ ਸਾਨੂੰ ਬੜਾ ਪੂਰ ਜਿਵੇਂ ਰੱਖੇ ਹੁੰਦੀ ਪਤਾ ਸੀਗਾ ਤੇ ਜਾਣੀ ਇਹ ਜਦ ਉਹਨੇ ਦੁਬਾਰਾ ਕੇ ਜਾਣੀ ਲਿਆਂਦੇ ਜਥੇਦਾਰ ਤੋਂ ਲਿਆਂਦੇ ਫਿਰ ਉਹ ਕਾਲ ਸਿਰੀ ਆਪਣੇ ਗੱਲ ਪਿੰਡ ਤੋਂ ਸੀਗਾ ਦਰਸ਼ਨ ਠੀਕ ਹੈ ਮੁੰਡਾ ਉਹ ਤੋਂ ਲਿਆਂਦੀ ਤੇ ਗਾਹਾਂ ਬਾਅਦ ਕਿਹੜੇ ਫਿਰ ਜਮੀਰ ਵਾਲਾ ਸਾਡੇ ਪਿੰਡ ਨਾਲ ਹੀ ਪਹਿਲਾਂ ਜਮੀਰ ਹੁੰਦਾ ਸੀ ਤੇਰਾ ਮਰ ਗਿਆ ਹਾਂਜੀ ਉਹਦੇ ਕੋਲੇ ਕਬੂਤਰ ਬਹੁਤ ਚੰਗੇ ਹੁੰਦੇ ਸੀਗੇ ਉਹ ਵਿੱਚ ਮਿੱਸੇ ਮਿੱਸੇ ਹੋ ਕੇ ਸਾਰੇ ਜਾਣੀ ਲਾ ਲਓ ਵੀ ਫਿਰ ਇਹਦਾ ਬਾਈ ਦਾ ਉਹ ਕਬੂਤਰ ਪੁੱਡੇ ਹੀ ਵੜੇ ਆ ਗਏ ਇਹਦੇ ਵਿੱਚ ਚਿੱਟੀਆਂ ਅੱਖਾਂ ਵਾਲੇ ਵੀ ਕਬੂਤਰ ਹੈਗੇ ਸੀ ਫੌਜੀ ਸਾਹਿਬ ਦੇ ਕੋਲ ਕੋਈ ਇਹੋ ਜਿਹੇ ਵੀ ਕਹਿੰਦੇ ਵੀ ਉਹ ਚਿੱਟੀਆਂ ਅੱਖਾਂ ਵਾਲੇ ਜਿਹੜੇ ਕਬੂਤਰ ਸੀ ਉਹ ਵੀ ਬਹੁਤ ਚੰਗੇ ਉੱਡਦੇ ਸੀ ਤੇ ਉਹ ਤੁਰਦੇ ਜਮਾਂ ਹੀ ਨਹੀਂ ਸੀ ਇਹੀ ਕਬੂਤਰ ਸੀ ਟਾਂਕੀ ਵਾਲਿਆਂ 'ਚ ਟਾਂਕੀ ਵਾਲਿਆਂ 'ਚੋਂ ਬਣੇ ਸੀ ਉਹ ਵੀ ਇਹਨਾਂ 'ਚ ਜਿਹੜੇ ਇਹ ਕੱਢਦੇ ਘੱਟ ਸੀ ਟਾਂਕੀ ਚਿੱਟੀਆਂ ਅੱਖਾਂ ਦੇ ਜਿਹੜਾ ਕੱਢਦੇ ਸੀ ਸਿਰੇ ਹੀ ਹੁੰਦਾ ਸੀ ਸਿਰੇ ਹੀ ਹੁੰਦਾ ਸੀ ਇਹ ਡੱਕੇ ਵੀ ਕੱਢ ਦਿੰਦੇ ਸੀ ਜੀ ਪੈਰਾਂ ਤੇ ਕਿਹੜੇ ਮਾੜੀ ਮੋਟੀ ਮਾੜੀ ਮੂਲ ਜਿਹੜੀ ਮੋਜੀ ਡੱਕੇ ਹਾਂ ਡੱਕਾ ਡੁੱਕਾ ਕੇ ਤੇ ਪੈਰ 'ਚ ਕੱਢਦੇ ਸੀ ਸਹੀ ਹੈ ਜੀ ਹੋਰ ਉਹੀ ਉੱਤਰ ਨਸਲਾਂ ਮਿਲ ਮਿਲ ਕੇ ਉੱਧਰ ਪਾਈ ਗਿਆ ਮਿਲ ਗਿਆ ਇੱਕ ਬਾਈਕੀ ਵਾਏ ਇੱਕ ਬਾਈ ਕੋਲੋਂ ਸੀਗੀ ਕਬੂਤਰੀ ਇੱਕ ਲਾਲਚੀ ਨੀ ਵੱਡੀ ਕਹਿੰਦੀ ਉਹਦੀ ਮਾਂ ਜਿੱਦਾਂ ਲਾ ਲਓ ਵੀ ਉਹ ਜਮੀਰ ਵਾਲੇ ਕਬੂਤਰਾਂ ਚੋਂ ਸੀ ਠੀਕ ਹੈ ਜੀ
ਉਹ ਵਿੱਚ ਮਿਲਿਆ ਉਹਨਾਂ ਉਹਨਾਂ ਦੇ ਵੀ ਕਬੂਤਰ ਬਹੁਤ ਉੱਡੇ। ਅਜਮੇਰ ਵਾਲੇ ਕਿਹੜੇ ਰੰਗ ਦੇ ਸੀ ਜੀ? ਉਹ ਲਾਲ ਚੀਨੇ ਵਾਲੇ ਹੁੰਦੇ ਸੀ। ਲਾਲ ਚੀਨੇ? ਹਾਂ, ਫਿੱਕੇ ਲਾਲ ਚੀਨੇ ਵੀ ਹੁੰਦੇ ਤੇ ਜਾਨੀ ਗੂੜੇ ਲਾਲ ਚੀਨੇ ਹੁੰਦੇ। ਉਹ ਲਾਲ ਡੱਬੇ ਵੀ ਕੱਢਦੇ ਹੁੰਦੇ। ਠੀਕ ਹੈ ਜੀ। ਬਹੁਤ ਘੱਟ ਕੱਢਦੇ ਜਾਨੀ ਕੱਢਦੇ ਹੁੰਦੇ। ਇਹਦੇ ਕੋਲ ਬਿੱਟੂ ਕੋਲੇ ਪਹਿਲਾਂ ਜਦ ਮੈਂ ਅੱਗੇ ਮੇਲਾ ਦਾ ਆਪਣੇ ਲੈ ਕੇ ਗਿਆ ਇੱਥੋਂ ਜੋੜਾ ਬਿੱਟੂ ਮੇਲਾ ਕਾਲੀ ਬੜੀ ਲਾਲ ਜੀ। ਹਾਂ, ਬੜੀ ਲਾਲ ਤੇ ਕਾਲੀ ਫੁਲਿਆ ਇਹਦੇ ਕੋਲ ਜਾ ਕੇ ਉਹਦਾ ਪਹਿਲਾਂ ਅੜੇ ਬਹੁਤ ਉੱਡਿਆ। ਫੌਜੀ ਸਾਹਿਬ ਨੇ ਕਿਹੜੇ ਕਦੋਂ ਤੱਕ ਕਢਾਏ ਸੀ ਕਬੂਤਰ ਜੀ? ਸ਼ੌਂਕ ਤਾਂ ਉਹਨੂੰ ਪਹਿਲਾਂ ਹੀ ਸੀਗਾ। ਜਿਹੜੇ ਨਹੀਂ ਮਤਲਬ ਜਦੋਂ ਪੂਰੇ ਹੋਇਆ ਕਿਹੜਾ ਸਨ ਸੀ ਉਦੋਂ? ਮੈਨੂੰ ਹੁਣ ਜਾਣਦਾ 2008 ਦੀ ਗੱਲ ਆ, 6-7 'ਚ ਮਰਿਆ, 6-7 ਇੱਥੇ ਮੈਨੂੰ ਇੰਨਾ ਕਹਿ ਜਾਣੀ ਹੁਣ ਪੂਰਾ ਯਾਦ। ਉਦੋਂ ਤੱਕ ਉਹਨੇ ਬਾਜ਼ੀਆਂ ਪੂਰੀਆਂ ਛੱਡੀਆਂ। ਛੱਡਦਾ ਰਹੇ ਗਿਆ। ਸਹੀ ਆ। ਅਤੇ ਉਹ ਤੋਂ ਬਾਅਦ ਜਿਹੜੇ ਫੌਜੀ ਸਾਹਿਬ ਕੋਲ ਇੰਨੇ ਕਬੂਤਰ ਸੀ ਫਿਰ ਉਹਨਾਂ ਦਾ ਕੀ ਬਣਿਆ ਜੀ? ਬਈ ਕਬੂਤਰ ਹੀ ਉਹਨਾਂ ਕੋਲ ਘੱਟ ਸੀਗੇ। ਕਬੂਤਰ ਘੱਟ ਸੀ ਫੌਜੀ ਸਾਹਿਬ ਕੋਲ? ਇੰਨੇ ਕਬੂਤਰ ਨਹੀਂ ਸੀ, ਛੋਟਾ ਕੁੱਡਾ ਹੁੰਦਾ ਸੀਗਾ। ਠੀਕ ਹੈ ਜੀ। ਵਾਲੇ ਕਬੂਤਰ ਨਹੀਂ ਹੁੰਦੇ ਸੀਗੇ, ਗਣਵੇਂ ਹੀ ਜੋੜੇ ਹੁੰਦੇ ਸੀਗੇ। ਠੀਕ ਹੈ। ਜਦ ਅਸੀਂ 3-4 ਰਹਿੰਦੇ ਸੀਗੇ ਜਦ ਤਾਂ ਮੇਨ ਹੀ ਕਬੂਤਰ ਇਹੀ ਹੁੰਦੇ ਸੀਗੇ। ਜਦ ਫਿਰ ਸਾਡਾ ਉੱਤੋਂ ਬੰਦੇ ਆਈ ਜਾਂਦੇ ਨੇ ਜਾਂ ਟੱਬਰ ਵੱਧ ਜਾਂਦਾ ਫਿਰ ਅੱਡ ਵੀ ਹੁੰਦੇ ਨੇ। ਹਾਂਜੀ ਹਾਂਜੀ, ਸਹੀ ਗੱਲ ਹੈ ਕਿ ਨਹੀਂ? ਫਿਰ ਜੋੜਾ ਹਾਂ, ਫਿਰ ਅਸੀਂ ਹੋ ਗਏ, ਫਿਰ ਨਵੇਂ ਆਉਣ ਲੱਗ ਗਏ। ਹਾਂਜੀ। ਉਹਨਾਂ ਬਾਰੇ ਫਿਰ ਹੋਰ ਕਬੂਤਰ ਪੈਣ ਲੱਗ ਗਏ। ਜਿਹੜੇ ਟਾਈਮ ਸਾਡੇ ਕੋਲ ਸੀ ਜਿਵੇਂ ਹੁਣ ਟਾਂਕੀ ਦੇ ਲਾ ਲਾ, 4 ਹੀ ਸੀਗੇ ਉਹ। ਠੀਕ ਹੈ। ਜਿਵੇਂ ਬਿੱਟੂ ਨੇ ਦੱਸਿਆ ਮੈਂ ਬਟਾਰੀ ਵਾਲਾ ਲਾ ਲਾ, ਕਾਲੀ ਚੁੰਝ ਵਾਲਾ ਲਾ ਲਾ, ਲਤਾੜੇ ਵਾਲੀ ਲਾ ਲਾ। ਉਹ ਲਤਾੜੇ ਛੱਡੀ ਸੀਗੀ ਫੌਜੀ ਸਾਹਿਬ ਨੇ, ਖੋ ਗਈ ਸੀ ਲਤਾੜੇ ਤੋਂ, ਪ੍ਰਤੀਨ ਚਲੀ ਗਈ ਸੀਗੀ। ਫਿਰ ਪਾਠ ਕਰਾਇਆ ਸੀ ਕਬੂਤਰੀ ਮਿਲ ਜਾਵੇ ਵੀ ਮੈਂ ਪਾਠ ਕਰਾਊਂ ਕਬੂਤਰੀ ਮਿਲਣ ਵਾਸਤੇ। ਹਾਂ ਹਾਂ, ਵੀ ਮੈਂ ਪਾਠ ਕਰਾਊਂ। ਫਿਰ ਸਹਿਜ ਪਾਠ ਕਰਾਇਆ ਸੀ ਫੌਜੀ ਸਾਹਿਬ ਨੇ, ਕਬੂਤਰੀ ਦੂਜੇ ਦਿਨ ਲਤਾੜੇ ਤੋਂ ਮਿਲ ਗਈ। ਠੀਕ ਹੈ ਜੀ। ਇੰਨਾ ਪਿਆਰ ਸੀ ਮੋਹ। ਹਾਂ, ਉਹ 4 ਸੀਗੇ ਟਾਂਕੀ ਦੇ। ਠੀਕ ਹੈ ਜੀ। ਬਟਾਰੀਏ ਫਿਰ ਉਦੋਂ ਗਾਹਾਂ ਜਿਹੜੇ ਪੱਠੇ ਪੁੱਠੇ ਸੀ ਉਹਨਾਂ ਦੇ ਵਿੱਚੋਂ 4 ਚੋਂ ਹੀ ਸਾਨੂੰ 3 ਮਹੀਨੇ ਸਾਨੂੰ ਮਹੀਨੇ ਦੇ ਦਿੱਤੇ। ਠੀਕ ਹੈ ਜੀ। ਬਟਾਰੀ ਵਾਲਾ, ਕਾਲੀ ਚੁੰਝ ਵਾਲਾ, ਲਤਾੜੇ ਵਾਲੇ। ਠੀਕ ਹੈ ਜੀ। ਉਹ 3 ਬੜੀ ਲਾਲ ਚੀਨੀ ਭਾਈ। ਹੁਣ ਗੱਲਾਂ ਤਾਂ ਕਰੀਏ ਜਾਣੀ ਕਬੂਤਰ ਤੇ ਉਹ ਮਾਪੇ ਤਾਂ ਸਾਡੇ 4 ਬੰਦਿਆਂ ਨਾਲ ਵੱਧ ਸੀਗਾ। ਸਹੀ ਆ। ਹੁਣ ਚੱਲ ਪਿਓ ਤਾਂ ਮਗਰੋਂ ਸਭ ਨਹੀਂ ਹੁੰਦਾ। ਹਾਂਜੀ ਹਾਂਜੀ। ਪਰ ਸਾਨੂੰ ਕਬੂਤਰਾਂ ਤੋਂ ਜਵਾਬ ਨਹੀਂ, ਨਾ ਬਿੱਟੂ ਨੂੰ, ਨਾ ਭੋਲੂ ਨੂੰ, ਨਾ ਤੁਸੀਂ, ਸਾਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਵੀ ਲੈ ਜਾ ਜਿਹੜਾ ਜਾਣਾ। ਜੇ ਇੱਕ ਗੇੜਾ ਵੱਜਣਾ ਦੂਜੇ ਗੇੜੇ ਕਹਿਣਾ ਫਿਰ ਕੀ ਕਰਨਾ ਹੋ, ਲੈ ਜਾ ਤੁਸੀਂ, ਮੈਂ ਤੁਹਾਨੂੰ ਪਤਾ ਵੀ ਆਹ ਕਬੂਤਰ ਲੈ ਕੇ ਜਾਣਾ, ਦੇ ਦਿੰਦਾ ਸੀ। ਠੀਕ ਹੈ। ਹਾਂ, ਇੱਕ ਨੂੰ ਸਾਡਾ ਤਾਂ ਵੱਧ ਕਰਦਾ ਸੀ, ਅਸੀਂ ਵੀ ਘਰ ਮੰਗੂ ਰਿਹਾ ਪਿਓ ਮੰਗੂ ਰੱਖਿਆ ਰਹੇ ਹਾਂ ਅਸੀਂ, ਇਹੋ ਜਿਹੀ ਗੱਲ ਨਹੀਂ। ਹੁਣ ਤਾਂ ਉਹ ਹੀ ਜਾਂਦਾ ਜਾਂ ਫਿਰ ਸਮਾਂ ਬਦਲ ਜਾਂਦਾ, ਫਿਰ ਹੋਰ ਗੱਲਾਂ ਹੋਣ ਲੱਗ ਜਾਂਦੀਆਂ। ਬਿਲਕੁਲ ਜੀ। ਤੁਸੀਂ ਜਿੱਦਾਂ ਹੁਣ ਬਾਜੀ 'ਤੇ ਜਾਂਦੇ, ਇਹ ਕਹਿੰਦੇ ਫੌਜੀ ਸਾਹਿਬ ਕਈ ਵਾਰ ਬਾਜੀ 'ਤੇ ਜਾਂਦੇ ਤਾਂ ਉਹ ਕਹਿ ਦਿੰਦੇ ਗੇ ਸੀ ਵੀ ਅੱਜ ਆਪਣਾ ਜਿੱਤੂ ਆ, ਕਹਿ ਦਿੰਦੇ ਬਾਈ। ਸਹੀ ਕੋਈ ਹੋਈ ਤੁਹਾਡੇ ਸਾਹਮਣੇ ਇਹੋ ਜਿਹੀ ਬਾਜੀ? ਬਹੁਤ ਗੱਲਾਂ ਹੋਈਆਂ ਨੇ ਕੀ ਦੱਸੀ ਜਲ ਤੁਹਾਡਾ ਜਾਨਵਰ ਆ ਘਰੇ ਉੱਡਦਾ। ਹਾਂਜੀ। ਉਹਨੂੰ ਆਟੋਮੈਟਿਕਾ ਵੀ ਉਹਦੇ 'ਤੇ ਮਾਣ ਹੋ ਜਾਂਦਾ। ਜਿਨ੍ਹਾਂ ਕੋਲ ਚੌਕੀ ਤਾਵੇਂ ਪੁਲਿਸ ਤਾਂ ਘੱਟੀ ਉੜਨੇ ਨੇ। ਸਹੀ ਆ। ਸਾਡੇ ਕੋਲ ਬੈਠੇ ਨੇ, ਸਾਡੇ ਕੋਲ ਬੈਠੇ ਹੁਣ 22 ਗਾਮੀ ਵਾਲੇ ਦੇ ਨੇ, ਹਰੇਕ ਹੀ ਕਹਿੰਦਾ ਮੇਰੇ ਖੁੱਡਿਆਂ 'ਚ ਬੈਠੇ ਹੁਣ। ਜਿਹੜੇ 22 ਦੇ ਕਬੂਤਰ ਦਾ 22 ਨੂੰ ਹੀ ਪਤਾ, 22 ਨੂੰ ਪਤਾ। ਜਿਹੜੇ 22 ਦੇ ਮੇਨ ਬੰਦੇ ਰਹਿੰਦੇ ਉਹਨਾਂ ਨੂੰ ਪਤਾ। ਸਹੀ ਹੈ ਜੀ। ਹੈ ਕਿ ਨਹੀਂ? ਹੁਣ ਡੀਸੀ ਕੋਲ ਕਬੂਤਰ, ਸਾਡੇ ਕੋਲ ਡੀਸੀ ਕੋਲ ਕਬੂਤਰ ਆਇਆ ਸੀਗਾ ਵੇਗੇ ਵਾਲੇ ਕੋਲ, ਗਾਂ ਤੋਂ ਉਹ ਕਬੂਤਰ ਹੀ ਲਾਦ ਬਹੁਤ ਉੜੀ ਆ। ਠੀਕ ਹੈ ਜੀ। ਫਿਰ ਤੁਸੀਂ ਇੱਕ ਨੂੰ ਕਬੂਤਰ ਆਉਂਦੇ ਜਾਂਦੇ ਰਹਿੰਦੇ ਨੇ, ਬਾਕੀ ਜਿਹੜੇ ਕਬੂਤਰ ਆ ਉਹਨਾਂ ਮਾਲਕ ਨੂੰ ਜਿਹੜੇ ਨਾਲ ਨੇੜੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਬੂਤਰ ਕਿਹੜੇ ਸੀਗੇ। ਹੁਣ ਕਹੀ ਜਾਂਦੇ ਹੁਣ ਸਭ ਤੋਂ ਵੀ ਕਈ ਬੰਦੇ ਸਾਡੇ ਕੋਲ ਗੱਲਾਂ ਸੁਣ ਕੇ ਹੋਰ ਸਾਡੇ ਕੋਲ ਕਰੀ ਜਾਂਦੇ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਸਹੀ ਹੈ, ਸਹੀ ਹੈ। ਹਾਂ, ਇੱਕ ਨੂੰ ਹੁੰਦਾ ਇਹ ਤਾਂ। ਅਤੇ ਬਾਬਾ ਜੀ ਫਿਰ ਜਿਹੜੀ ਖਿਡਾਰ ਹੈਗੀ ਸੀ ਫੌਜੀ ਸਾਹਿਬ ਦੇ ਕੋਲ, ਉਹ ਵੀ ਸਾਰੀ ਤੁਹਾਨੂੰ ਦੱਸੀ ਹੋਊਗੀ? ਨਹੀਂ, ਕਲਾਰ ਤਾਂ ਬਾਈ 3-4 ਚੀਜ਼ਾਂ ਹੁੰਦੀਆਂ ਸੀਗੀਆਂ, ਇੰਨੇ ਕਲਾਰ ਕਬੂਤਰਾਂ 'ਚ ਦਮ ਹੀ ਬਹੁਤ ਸੀਗਾ ਯਾਰ। ਆ ਜਿਹੜੀ ਅੱਜ ਦੀ ਗੱਲ ਹੈ ਤਾਂ ਸਾਡੇ ਕੋਲ ਤਾਂ ਹੈ ਹੀ, ਮੈਂ ਕਹੀ ਜਾਈਏ ਹੈ ਹੀ ਨਹੀਂ। ਠੀਕ ਹੈ ਜੀ। ਹਾਂ, ਹੁਣ 22 ਗਾਮੀ ਵਾਲਾ ਚੱਲ, ਹੁਣ ਤਾਂ ਲੱਖ ਸਾਰੇ ਕਲਾਰੀ ਵਧੀਆ ਨੇ, ਲੋਕ 22 ਗਾਮੀ ਵਾਲੇ ਨੂੰ ਦੇਖਣ ਜਾਂਦੇ ਹੁੰਦੇ ਸੀਗੇ। ਪਿੰਜਰੇ ਚ ਪਾਤੇ ਸੀ ਆਪਦੇ ਕਬੂਤਰ, ਵੀ 22 ਦੇ ਕਬੂਤਰਾਂ ਦੇ ਮੁਕਾਬਲੇ ਚ ਸਾਡੇ ਕਬੂਤਰ ਹੈ ਨੀ ਬਾਈ। ਇੱਕ ਚੀਜ਼ ਮੈਨੂੰ ਨਾ ਹਾਲੇ ਤੱਕ ਸਮਝ ਨਹੀਂ ਆਈ,
ਕਿਸੇ ਕੋਲ ਲੱਖ ਤਗੜੇ ਕਬੂਤਰ ਹੋਣ, ਜੋ ਮਿੱਕੀ ਬਾਈ ਦੇ ਕੋਲ ਖਿਡਾਰ ਹਨ। ਬਸ ਬਾਈ ਪਤਾ ਕੀ ਚੱਕਰ ਆ, ਭਾਵੇਂ ਕਿੱਡਾ ਮਰਜ਼ੀ ਤਗੜਾ ਹੋਏ ਕਿਸੇ ਖਿਡਾਰੀ ਹੁੰਦੇ, ਉਦੋਂ ਕਬੂਤਰ ਜਿੱਡਾ ਲੰਬਾ ਉਹ ਉਡਾ ਦਿੰਦੇ ਆ ਨਾ ਕਬੂਤਰ ਨੂੰ ਤਪਦੀਆਂ ਲੋਆਂ ਦੇ ਵਿੱਚ। ਮੈਂ ਜੀ ਐਡਾ ਲੰਬਾ ਕਬੂਤਰ ਸੋਚ ਤੋਂ ਮੇਰੀ ਤੋਂ ਬਾਹਰ ਆ ਵੀ ਕਿੱਦਾਂ ਉੱਡ ਜਾਂਦੇ ਮਿੱਥਾਂ ਚਾਰਾਂ ਘੰਟਿਆਂ ਦੀਆਂ ਬਾਈ ਵਿੱਕੀ ਗਾਂਦੀ ਨੇ ਪਵਾ ਸਕਦਾ ਹੋਰ ਨਹੀਂ ਕੋਈ ਪਵਾਈ। 15 ਮਈ ਨਾ ਮੈਨੂੰ ਭੁੱਲਣ ਵਾਲਾ ਦਿਨ ਨਹੀਂ ਹੈਗਾ, 15 ਮਈ ਇਹ 2000 ਜਿਹੜਾ 22 ਦੇ ਵਿੱਚ 15 ਮਈ ਲੰਘੀ ਜਾਣਾ ਜੀ। ਇੰਨਾ ਕੁ ਹਾਈ ਟੈਂਪਰੇਚਰ ਸੀ ਜਿਸ ਦਿਨ ਜੋਗੇ ਵਾਲੇ ਤੋਂ ਮੋਰ ਨੇ ਟਰੈਕਟਰ ਜਿੱਤਿਆ ਆ, ਮਿੱਕੀ ਬਾਈ ਦੀ ਦੂਸਰੇ ਪਿੰਡ ਚੱਲ ਗਈ ਸੀ ਬਾਈ, ਉਹ ਕਬੂਤਰੀ ਨੇ ਉੱਥੇ ਸ਼ਾਮ ਕਰ ਦਿੱਤੀ ਆ 6 ਵਜੇ ਤੋਂ ਸ਼ਾਇਦ, ਕਹਿੰਦੇ ਇੱਕ ਬਾਅਦ ਬੈਠੀ ਆ, ਮੈਂ ਦੇਖੀ ਨਹੀਂ ਜੋ ਸੁਣਿਆ ਸੀ ਹਾਂਜੀ ਹਾਂਜੀ ਮਰ ਗਈ ਬਾਈ ਉਹ ਕਬੂਤਰੀ ਮਰ ਗਈ, ਘਰੇ ਜਾ ਕੇ ਮਰੀ ਬਹਿ ਗਈ ਸੀ ਛਤਰੀ ਤੇ, ਛਤਰੀ ਤੇ ਕਬੂਤਰੀ ਬੈਠ ਗਈ। ਕਬੂਤਰ ਦਾ ਆਪਣਾ ਵਜੂਦ ਨੀ, ਉਹਦੇ ਅੰਦਰ ਜਿਹੜਾ ਸਮਾਨ ਨੂੰ ਠੰਡਾ ਐਨਰਜੀ ਕਹਿ ਲੋ, ਭੁੱਖ ਪਿਆਸ ਗੱਲਾਂ ਮੈਟਰ ਕਰਦੀਆਂ ਭਾਜੀ ਇੰਨੀ ਲੋ ਦੇ ਵਿੱਚ, ਨਹੀਂ ਤੇ ਪਿਆਸ ਲਈ ਬਾਕੀ ਕਬੂਤਰ 12 ਵਜੇ 1 ਵਜੇ ਡਿੱਗ ਡਿੱਗ ਕੇ ਉੱਠੇ ਹੋਈ ਜਾਂਦੇ ਸੀ। ਐਡੀ ਹਾਈ ਟੈਂਪਰੇਚਰ ਚ ਕਬੂਤਰ ਦਾ ਉੱਡਣਾ ਜਿਹੜਾ ਨਾ ਇੱਕ ਮਹਿਣੇ ਰੱਖਦਾ ਜੀ। ਬਾਈ ਉਹਦੇ ਕੋਲ ਬਾਈ ਗਰਮੀ ਵਾਲੇ ਕੋਲ ਸਾਰੇ ਗੁਣ ਨੇ, ਬਹੁਤ ਗੁਣਾਂ ਦਾ ਭੰਡਾਰ ਹੈ ਜੀ, ਸਿਆਣੇ ਵੀ ਬਹੁਤ ਆ, ਉਹ ਸਮਝ ਤੋਂ ਕਰਨੀ ਕਥਨੀ ਸਾਰਾ ਕੁਛ ਬਾਈ ਕੋਲ ਸਾਰਾ ਕੁਛ ਹੀ ਹੈ। ਸਹੀ ਹੈ, ਲਿਆਕਤ ਵੀ ਬਹੁਤ, ਲਿਆਕਤ ਹੈ, ਗੱਲ ਕਰਨ ਦਾ ਪਤਾ, ਬੰਦੇ ਦੀ ਪਰਖ ਦਾ ਪਤਾ, ਬੰਦੇ ਦੀ ਇੱਜ਼ਤ ਕਰਨ ਦਾ ਪਤਾ, ਗੱਲ ਕਰਨ ਦਾ ਪਤਾ, ਉਹਦੇ ਕੋਲ ਸਾਰੇ ਗੁਣ ਨੇ। ਸਹੀ ਹੈ ਜੀ, ਕੁਲਾਰੀ ਤਾਂ ਪਰੇ ਤੋਂ ਪਰੇ ਪਿਆ, ਬਿਲਕੁਲ ਜੀ ਹੈ ਕਿ ਨਹੀਂ। ਭਾਈ ਤੁਸੀਂ ਅਸਥਾਨ ਕਿਹੜੇ ਸਥਾਨ ਵਿੱਚ ਧਾਰਿਆ ਸੀ ਬਾਈ ਜੀ? ਅਸੀਂ ਬਾਈ ਨੂੰ ਤਾਂ ਜਿਵੇਂ ਪਹਿਲਾਂ ਕਹਿੰਦੇ ਵੀ ਬਿੱਟੂ ਨੇ ਗੱਲਾਂ ਕਰੀ, ਇੱਧਰ ਬਾਈ ਛੱਡਣ ਲੱਗਿਆ ਉਹ। ਅੱਛਾ ਜੀ, ਕਾਲਕ ਆਏ ਨੇ ਪਹਿਲਾਂ ਬਾਈ ਤੇ। ਅੱਛਾ ਜੀ, ਤੇ ਉੱਥੋਂ ਜਿੱਤੇ। ਅੱਛਾ ਜੀ, ਇੱਕ ਗਣ ਵਾਲਾ ਆਏ। ਅੱਛਾ ਜੀ, ਜਦ ਉਹ ਕਿਤੇ ਉੱਡੇ ਵਾੜੇ ਉਹਨਾਂ ਦੇ, ਹਾਂਜੀ ਬਹੁਤ, ਜਦ ਉਹ ਵੀ ਆਏ ਹੋਗੀ ਤਾਂ ਵੀ ਜਦੋਂ ਇਹ ਹੁੰਦਾ ਸੀਗਾ ਵੀ ਬਾਈ ਵੀ ਬਾਈ ਦੇਖੀਏ ਤਾਂ ਸੀ, ਦੇਖੀਏ ਕੌਣ, ਜਦ ਇਹ ਦੇਖਣ ਦਾ ਹੁੰਦਾ ਸੀਗਾ ਫਿਰ ਬਾਈ ਦੀ ਹੋ ਗਈ ਸੀ ਲੈ ਜਾ ਆਪਣੇ ਮਿੱਠੂ ਕਾਲਕ ਵਾਲੇ ਦਾ। ਅੱਛਾ ਜੀ, ਤੇ ਪਹਿਲੀ ਵਾਰ ਇਹ ਗਾਂਬੀਆਂ ਵਾਲਾ ਬਾਈ ਨੂੰ ਕਾਲਕ ਦੇ ਉੱਥੇ ਮਿਲੇ ਸੀ ਮਾੜਾ। ਅੱਛਾ ਜੀ, ਤੇ ਉਹ ਤੋਂ ਬਾਅਦ ਚੱਲ ਸਾਨੂੰ ਵੀ ਹੋਇਆ ਵੀ ਤਾਂ ਵੀ ਕਿਸੇ ਬਾਈ ਦੇ ਪਿੰਡ ਚੱਲਾਂਗੇ ਮਿਲ ਕੇ ਆਵਾਂਗੇ। ਹਾਂਜੀ, ਤੇ ਫਿਰ ਅਸੀਂ ਵੀ ਨੀਟ ਆਏ ਨੇ, ਉੱਧੜ ਆਏ ਬਾਈ ਦੇ ਯਾਰ। ਅੱਛਾ ਜੀ, ਫਿਰ ਨੀਟ ਦੇ ਥਰੂ ਅਸੀਂ ਸਾਰੇ ਜਾਣੀ ਬਾਈ ਨੂੰ ਪਹਿਲਾਂ ਮਿਲ ਕੇ ਆਏ। ਅੱਛਾ ਜੀ, ਗੱਲ ਬਸ ਬਾਅਦ 'ਚ ਮਾੜੀ ਮੋਟੀ ਫਿਰ ਗੱਲਬਾਤ ਚੱਲੀ ਪਈ ਸਾਡੀ, ਵਿਸਤਾਰ ਜੀ 1997 ਦੇ ਵਿੱਚ ਮੈਂ ਤੇ ਗੋਲੇ ਨੇ ਅਸੀਂ 99 ਹੀ ਧਾਰਿਆ ਨੂੰ ਉਦੋਂ ਤਾਂ। ਅੱਛਾ, ਇਕੱਠਿਆਂ ਨੇ ਧਾਰਿਆ ਜੀ? ਇਕੱਠੇ ਹੀ ਗਏ ਸੀ ਜੀ, ਇਕੱਠੇ ਗਏ 97 ਗਏ ਸੀਗੇ। ਉਹ ਤੋਂ ਬਾਅਦ ਫਿਰ 2 ਸਾਲ ਅਸੀਂ ਬਾਹਰ ਚਲੇ ਗਏ, ਤੇ ਫਿਰ ਇਹ ਚਲੋ ਬਾਈ ਨੇ ਆਪਣਾ ਸਥਾਨ, ਬਾਈ ਨੇ ਆਪਣਾ ਪਿਆਰ ਹੀ ਬਹੁਤ ਆ, ਘਰ ਦੀ ਗੱਲ ਆ, ਕਦੇ ਉਹਨਾਂ ਨੇ ਅੱਜ ਤੱਕ ਕੋਈ ਵੀ ਚੀਜ਼ ਨੂੰ ਆਏ ਆਪਾਂ ਕਦੇ ਉਹਨਾਂ ਨੇ ਕਦੇ ਦਵਾਤਾ। ਪਹਿਲੇ ਜਿੱਤੇ ਜਾਣਾ ਜਦ ਸਾਗ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਜਾ ਕਬੂਤਰ ਮੰਗਿਆ ਉਹਨੇ ਹਰ ਦੇ ਕੇ ਭੇਜਿਆ। ਤੁਸੀਂ ਆਪ ਜਿਹੜੀਆਂ ਬਾਜ਼ੀਆਂ ਛੱਡਣ ਲੱਗੇ, ਜਿਹੜੀ ਖਿਡਾਰ ਬਾਈ ਵਾਲੀ ਤੇ ਫਿਰ ਛੱਡਣੀਆਂ ਸ਼ੁਰੂ ਕਰੀਆਂ, ਉਹ ਤੋਂ ਬਾਅਦ ਅਸੀਂ ਬਾਈ ਵਾਲੀ ਤੇ ਵੀ ਛੱਡਦੇ ਹੋਏ। ਮੈਂ ਤੁਹਾਨੂੰ ਦੱਸਿਆ ਮੈਂ ਤਾਂ ਉਹ ਤੋਂ ਬਾਅਦ ਬੋਲੇ ਨੇ ਜਾਣੀ ਬਾਈ ਦੀ ਖਿਡਾਰ ਤੇ ਛੱਡੀਆਂ ਬਾਈ ਬਾਅਦ ਚ। ਮੈਂ ਤਾਂ ਦੱਸਿਆ ਵੀ 97 ਧਾਰਿਆ, 97 ਸਾਲ ਇੱਕ ਸਾਲੀ ਬਾਅਦ ਚਲੇ 98 ਦੀਆਂ ਬਾਈ ਉਡਾਈਆਂ। ਠੀਕ ਹੈ ਜੀ, ਉਹ ਤੋਂ ਬਾਅਦ ਹੁਣ ਥੱਲੇ ਬਿੱਟੂ ਨਾਲ ਆਪਾਂ ਜਲਦੀ ਟੱਚ ਕਬੂਤਰਾਂ ਦਾ ਸ਼ੌਕ ਆ ਹਨ ਸਾਡਾ, ਪਹਿਲਾਂ ਤਾਂ ਯਾਰ ਪਿਆਰ ਬਣਿਆ ਹੁੰਦਾ, ਨਿੱਕੇ ਨਿੱਕੇ ਸੀ, ਦਾੜੀਆਂ ਵੀ ਨਹੀਂ ਸੀ ਮੂੰਹ 'ਚ ਆਈਆਂ ਹੁੰਦੀਆਂ। ਸਹੀ ਹੈ ਜੀ, ਜਦ ਜੀ ਦੇਵੇ ਪਰਮਾਤਮਾ ਸਾਡੀ ਦਾ ਇਮੀ ਨਮਾ ਦੇਵੇ, ਬਾਕੀ ਨਹੀਂ ਬਸ ਉਹ ਸਾਡਾ ਜਿਹੜੇ ਦੁਆਰਾ ਜਿਹੜੇ ਕਬੂਤਰਾਂ ਦਾ ਯਾਰ ਮਸਲਾ, ਸਾਨੂੰ ਕਬੂਤਰਾਂ ਦਾ ਸਾਡਾ ਘਰ ਦਾ ਪਿਆਰ। ਸਹੀ ਹੈ ਜੀ, ਬਾਈ ਆਉਂਦਾ ਮਿੱਠੂ ਕੋਲ ਹੁੰਦਾ ਸੀ। ਠੀਕ ਹੈ ਜੀ, ਬਾਈ ਦਾ ਤਾਰਾ ਹੀ ਮਿੱਠੂ ਕੋਲ ਸੀ, ਮਿੱਠੂ ਨੇ ਬਾਈ ਉਹਨੇ ਜਦ ਜਿਵੇਂ ਕਿਲਾ ਰਿਹਾ ਬੜਾ ਜੱਗਾ ਇਹਨਾਂ ਕੋਲ ਤਾਂ ਮਗਰੋਂ ਆਉਣ ਲੱਗੇ, ਪਹਿਲਾਂ ਮਿੱਠੂ ਕੋਲ ਹੀ ਬਾਈ ਬਾਈ ਹਾਂ ਜਿੰਨੇ ਬਾਈ ਨੇ ਕਬੂਤਰ ਵਧੀਆ ਤੋਂ ਵਧੀਆ ਮਿੱਠੂ ਨੇ ਕਬੂਤਰ ਵਧੀਆ ਦਿੱਤੇ ਨੇ ਉਸ ਟਾਈਮ ਤੇ, ਬੜੇ ਚੰਗੇ ਕਬੂਤਰ ਬਾਈ ਦਾ। ਮੈਂ ਸਾਡੀ ਹੋਈ 97 ਦੀ ਇਹ ਗੱਲ ਆ, ਜਾ ਅਸੀਂ ਤਾਂ ਬਾਅਦ ਧਰਿਆ ਮਿੱਠੂ ਨੇ ਕਹਿੰਦਾ ਇੱਥੇ ਆਪਣੇ ਇੱਥੇ ਇੱਕ ਕਲਾਸੀ ਬਾਜੀ ਹੋਈ। ਠੀਕ ਹੈ ਜੀ, ਮਿੱਠੂ ਨੇ ਕਬੂਤਰ ਸੱਦਿਆ। ਠੀਕ ਹੈ ਜੀ, ਮਿੱਠੂ ਨੇ ਜਾ ਕੇ ਬਾਈ ਨੂੰ ਕਹਿੰਦਾ ਪੀਸੀਓ ਜਾ ਕੇ ਜਿਹੜਾ ਫੋਨ ਫਾਨ ਨਹੀਂ ਤੇ ਪੀਸੀਓ ਚੱਲ ਕੇ ਫੋਨ ਫਾਨ ਕਹਿੰਦੇ ਕਿਸੇ ਦੇ ਘਰੇ ਲੱਗਿਆ ਹੋਇਆ। ਠੀਕ ਹੈ, ਕੁਦਰਤੀ ਬਾਈ ਪਿਆਲੇ ਆਏ ਸੀਗੇ, ਮਿੱਠੂ ਜਾ ਕੇ ਫੋਨ ਕਰਿਆ ਕਹਿੰਦਾ ਬਾਈ ਵੀ ਇੱਥੇ ਦੱਸਰ ਪਊ ਵੀ ਤੁਸੀਂ ਆ ਜਾਓ। ਅੱਛਾ, ਜਦ ਫਿਰ ਮਿੱਠੂ ਨੇ ਬੁਲਾ ਲਿਆ ਤੇ ਬਾਈ ਘਰ ਆ ਗਿਆ, ਜਦ ਅਸੀਂ ਵੀ ਕੋਠੇ 'ਤੇ ਖੜ੍ਹੇ ਮਿੱਠੂ ਸਾਰੇ ਇਕੱਠੇ, ਅਸੀਂ ਵੀ ਦੇਖਿਆ ਮੈਂ ਵੀ ਤੁਸੀਂ ਜਾ ਕੇ ਮਿਲੇ, ਅਤੇ ਜਦ ਕੁੱਤਰ ਤਾਂ ਮਿਲੇ ਦੱਸਣ ਨੂੰ ਮਿੱਠੂ ਵਾਲਾ ਫੜਿਆ ਅਤੇ ਅਸੀਂ ਬਾਈ ਨੂੰ ਮੈਂ ਕਿਹਾ ਵੀ ਆਹ ਤੂੰ ਵੀ ਸਾਡੀ ਤੂੰ ਨਾਲ ਹੀ ਦਾ ਜੀ।
ਮਿੱਠੂ ਦਾ ਵੀ ਕਬੂਤਰ ਸਾਂਭੇ ਬਾਈ ਕਹਿੰਦਾ ਵੀ ਘਮੋਟ ਵਾਲਿਆਂ ਦੀ ਕਬੂਤਰੀ ਜਿੱਤੂ ਬਾਕੀ ਦਾ ਵੰਡਣਾ ਵੰਡਣਾ ਤੁਹਾਡੀ ਮਰਜ਼ੀ ਹੈ ਤੁਹਾਡੇ ਇਲਾਕੇ ਦੀ ਬਾਜ਼ੀ ਹੈ ਪਰ ਬਾਜ਼ੀ ਇਹ ਜਿੱਤੂ ਬਾਈ ਨੂੰ ਇੰਨੀ ਪਰਖ ਪਰਖ 12 ਵਜੇ ਉਹ ਸਾਡੇ ਕੋਲੋਂ ਛੱਡ ਕੇ 10 ਵਜੇ ਤੱਕ ਰਹੇ ਉੱਪਰਗਾ ਵੀ ਘੰਟਾ ਹੋਰ ਉੱਡ ਗਈ ਕਹਿੰਦਾ ਬਾਜੀ ਤੁਸੀਂ ਵੰਡਣੀ ਨਾ ਵੰਡਣੀ ਤੁਹਾਡੀ ਮਰਜ਼ੀ ਹੈ ਪਰ ਕਬੂਤਰੀ ਤੁਹਾਡੀ ਕੱਲ੍ਹ ਨੂੰ ਵੱਧ ਉੱਡੂਗਾ ਵੱਧ ਥੋੜ੍ਹੀ ਵੀ ਵੱਧ 7 ਵਜੇ ਸ਼ਗਰੀ ਦੇ ਲੈ ਪਹਿਲੇ ਦਿਨ ਹਾਰਦੀ ਸੀ ਉਹ ਪਹਿਲੇ ਦਿਨ ਹਾਰਦੀ ਮਸਾ ਟਾਈਮ ਪੂਰਾ ਕੀਤਾ ਉਹਨੇ ਸਿਰਫ ਇੱਕ ਸੰਭਾਲ ਹੀ ਇਦਾਂ ਸੰਭਾਲ ਵੱਡੀ ਚੀਜ਼ ਆ ਕਬੂਤਰ ਦੀ ਕਹਿੰਦੇ ਆ ਜਾ ਕੇ ਸੰਭਾਲ ਆ ਨਾ ਜਿਹੜੀ ਜਿਹੜਾ ਸਮਝ ਗਿਆ ਕਬੂਤਰ ਨੂੰ ਬਾਈ ਸਮਝਦਾ ਬਾਈ ਬਾਈ ਕੋਲ ਬਹੁਤ ਇਹੀ ਚੀਜ਼ ਆ ਵੀ ਸਮਝਣਾ ਜਿਹੜਾ ਕਬੂਤਰ ਨੂੰ ਬੜਾ ਜ਼ਰੂਰੀ ਹੈ ਬਾਈ ਤੁਹਾਡੇ ਹੁੰਦੇ ਜਿੱਦਾਂ ਬਾਦਲ ਜਸਵੀਰ ਬਾਦਲ ਹੁਣੀ ਬਾਜ਼ੀਆਂ ਛੱਡਦੇ ਸੀਗੇ ਸੀ ਜਦੋਂ ਤੁਸੀਂ ਛੱਡਣ ਜਾਂਦੇ ਅਸੀਂ ਇੱਧਰ ਹੀ ਵੱਧ ਛੱਡੀਆਂ ਨੇ ਤੁਸੀਂ ਦੂਰ ਨਹੀਂ ਗਏ ਅਸੀਂ ਦੂਰ ਨਹੀਂ ਅਸੀਂ ਕਿਲਾ ਰਹਿ ਪਰ ਇੱਕ ਬਾਜ਼ੀਆਂ ਛੱਡੀਆਂ ਨੇ ਦੂਰ ਜਾਂਦੇ ਸੀ ਥੋੜਾ ਜਾ ਕਹਿੰਦੇ ਹੁੰਦੇ ਵੀ ਨਹੀਂ ਇੱਥੇ ਹੁੰਦਾ ਹੀ ਸੀਗਾ ਨਾਲੇ ਜਿੰਨੀ ਦੇਰ ਤੱਕ ਬੰਦਾ ਆਪਣੇ ਪੈਰਾਂ ਤੇ ਸਟੈਂਡ ਲਾਣਾ ਹੋਵੇ ਜੀ ਉਨੀ ਦੇਰ ਤੱਕ ਕਬੂਤਰਬਾਜ਼ੀ ਨਹੀਂ ਹੁੰਦੀ ਸਹੀ ਗੱਲ ਆਪਾਂ ਇਹ ਚੀਜ਼ ਕਹਿ ਲੈਂਦੇ ਹਾਂ ਨਵੇਂ ਨਵੇਂ ਬੱਚਿਆਂ ਨੂੰ ਬੜਾ ਚਾਅ ਹੁੰਦਾ ਯਾਰ ਇੰਨੇ ਰੱਖ ਲਏ ਉਨੇ ਰੱਖ ਲਏ ਉਹ 1-2 ਸਾਲ ਦੀ ਗੇਮ ਹੁੰਦੀ ਹੈ ਜੀ ਜਿੰਨੀ ਦੇਰ ਤੱਕ ਤੁਹਾਡਾ ਘਰ ਪਰਿਵਾਰ ਵਧੀਆ ਨਹੀਂ ਚੱਲਦਾ ਹੈਗਾ ਤੁਹਾਨੂੰ ਲੱਗਦਾ ਕਿ ਅਸੀਂ ਫਾਈਨੈਂਸ਼ੀਅਲੀ ਜਿਹੜੇ ਹੈਗੇ ਠੀਕ ਹੈਗੇ ਹਾਂ ਉਨੀ ਦੇਰ ਤੱਕ ਤੁਸੀਂ ਕਬੂਤਰ ਨਹੀਂ ਰੱਖ ਸਕਦੇ ਉਹ ਚੀਜ਼ ਸ਼ੌਂਕ ਨਹੀਂ ਕਰ ਸਕਦੇ ਕਿਉਂਕਿ ਭਾਜੀ ਇਹਨਾਂ ਦੀਆਂ ਖੁਰਾਕ ਹੀ ਇੰਨੀ ਜ਼ਿਆਦਾ ਦਾਣਾ ਪਾਣੀ ਆਮ ਬੰਦਾ ਪੂਰਾ ਹੀ ਨਹੀਂ ਕਰ ਸਕਦਾ ਇਹ ਤਾਂ ਗੱਲ ਹੈ ਜੀ ਸ਼ੌਂਕ ਵੱਧ ਬੜਾ ਗਿਆ ਵੀਰੇ ਸ਼ੌਂਕ ਸਾਰੀ ਇਹ ਕਬੂਤਰ ਹੋਏ ਤੇ ਹੋਏ ਬਹੁਤ ਸ਼ੌਂਕ ਬਾਏ ਮਹਿੰਗਾ ਬੜਾ ਹੋ ਗਿਆ ਬਿਲਕੁਲ ਜੀ ਬੜਾ ਮਹਿੰਗਾ ਹੋ ਗਿਆ ਮਹਿੰਗਾ ਹੋ ਗਿਆ ਤੇ ਬਾਕੀ ਚਲੋ ਇੱਕ ਭਾਜੀ ਮੈਂ ਹੋਰ ਗੱਲ ਕਰਨੀ ਸੀ ਕਈ ਵਾਰ ਨਾ ਕਈ ਆਪਾਂ ਸੋਚਦੇ ਹਾਂ ਬੰਦੇ ਨਾ ਇੱਕ ਕਮੈਂਟ ਬੜਾ ਪਾਸ ਕਰਦੇ ਹੈਗੇ ਇਸ ਗੱਲ ਤੇ ਯਾਰ ਉਹਨਾਂ ਨੇ ਐਂਟਰੀ ਬੜੀ ਵੱਡੀ ਰੱਖ ਦਿੱਤੀ ਗੱਲ ਇੱਥੇ ਆ ਭਾਜੀ ਦੇਖੋ ਛੋਟੀਆਂ ਬਾਜ਼ੀਆਂ ਕਿਹੜਾ ਨਹੀਂ ਹੁੰਦੀਆਂ ਛੋਟੀਆਂ ਵੀ ਹੁੰਦੀਆਂ ਛੋਟੀਆਂ ਤੁਸੀਂ ਛੋਟੀਆਂ 'ਚ ਕਰਾਓ ਤੁਸੀਂ ਵੱਡੀ ਕਿਉਂ ਦੇਖਦੇ ਹੋ ਬਾਜ਼ੀ ਜਿਹਦੇ 'ਚ ਗੁੰਜਾਇਸ਼ ਆ ਵੱਡੀ ਕਰਾਉਣ ਦੀ ਪੈਸੇ ਖਰਚਣ ਦੀ ਉਹ ਵੱਡੀ 'ਚ ਐਂਟਰੀ ਦੇ ਲਊਗਾ ਜੇ ਤੇ ਛੋਟੀ ਨਾ ਹੁੰਦੀ ਹੋਏ ਫਿਰ ਬੰਦਾ ਕਹਿੰਦਾ ਵੀ ਵੱਡੀਆਂ ਨਾ ਕਰਾਓ ਬਾਈ ਛੋਟੀਆਂ ਕਰਾਓ ਇੱਕ ਬੰਦਾ ਜੇਕਰ ਸਾਡੇ 100 ਬਾਜ਼ੀ ਉੱਡਦੀਆਂ ਨੇ ਜੇਕਰ ਪੰਜਾਬ ਦੇ ਵਿੱਚ ਤੇ 100 ਦੇ ਵਿੱਚ ਸਿਰਫ 10-15 ਵੱਡੀਆਂ ਹੁੰਦੀਆਂ ਬਾਕੀ ਸਾਰੀਆਂ ਛੋਟੀਆਂ ਹੁੰਦੀਆਂ 80 ਬਾਜ਼ੀਆਂ ਛੋਟੀਆਂ ਹੁੰਦੀਆਂ ਇਹਦੇ ਨਾਲ ਇੱਕ ਨਾਮ ਵਧੀਆ ਬਣਦਾ ਲੈਵਲ ਉੱਚਾ ਜਾਂਦਾ ਅਤੇ ਕਬੂਤਰਬਾਜ਼ੀ ਦਾ ਲੈਵਲ ਉੱਚਾ ਜਾਊਗਾ ਜੇਕਰ ਵੱਡੀਆਂ ਬਾਜ਼ੀਆਂ ਹੋਣਗੀਆਂ ਨਾਮ ਬਣੂਗਾ ਨਾ ਅਤੇ ਪੰਜਾਬ 'ਚ ਵੱਡੀਆਂ ਬਾਜ਼ੀਆਂ ਹੁੰਦੀਆਂ ਵੀਰੇ ਮੈਂ ਆਪਣੀ ਖੁਦ ਨਹੀਂ ਵੱਡੀਆਂ ਬਾਜ਼ੀਆਂ ਛੱਡਦਾ ਪਰ ਮੈਂ ਉਹਨਾਂ ਨੂੰ ਕੱਟ ਥੋੜ੍ਹੀ ਰਿਹਾ ਹੈਗਾ ਵੀ ਉਹ ਵੱਡੀਆਂ ਕਿਉਂ ਨਹੀਂ ਕਿਉਂ ਕਰਾਉਂਦੇ ਨੇ ਚੰਗੀ ਗੱਲ ਹੈ ਕਬੂਤਰਬਾਜ਼ੀ ਦਾ ਨਾਮ ਬਣਦਾ ਨਾ ਬਣਦਾ ਛੋਟੀਆਂ ਛੱਡੋ ਹਰ ਪਿੰਡ ਵਿੱਚ ਛੋਟੀ ਬਾਜ਼ੀ ਹੁੰਦੀ ਆ ਸਿਰਫ ਆਪਾਂ ਵੱਡੀਆਂ ਵਾਲਿਆਂ ਨੂੰ ਟਾਰਗੇਟ ਕਰਦੇ ਹਾਂ ਉਹ ਗਲਤ ਗੱਲ ਆ ਮਾੜੀ ਸੋਚ ਆ ਵੱਡੀ ਬਾਜ਼ੀ ਵਾਲਿਆਂ ਨੂੰ ਟਾਰਗੇਟ ਨਹੀਂ ਕਰਨਾ ਆਪਾਂ ਛੋਟੀਆਂ ਬਾਜ਼ੀਆਂ ਛੱਡ ਲਓ ਤੁਸੀਂ ਕਿਉਂ ਵੱਡੀਆਂ ਵਾਲ ਦੇਖਦੇ ਹੋ ਜਿਹੜੇ ਹੁਣ ਵੱਡੇ ਬੰਦੇ ਹੁੰਦੇ ਆ ਹੁਣ ਉਹ ਇੱਕ ਬੰਦਾ ਮਰੂਤੀ 'ਚ ਜਾਂਦਾ ਜਿਹਦੇ ਕੋਲ ਪੈਸੇ ਆ ਉਹ ਮਰਸਡੀਜ਼ 'ਚ ਜਾਂਦਾ ਹੈਗਾ ਹੁਣ ਤੁਸੀਂ ਉਹਨੂੰ ਇਹ ਥੋੜ੍ਹੀ ਕਹੋਗੇ ਵੀ ਤੂੰ ਵੀ ਮਰੂਤੀ 'ਚ ਕਿਉਂ ਨਹੀਂ ਇਹ ਜਾਂਦਾ ਵੀ ਤੂੰ ਮਰਸਡੀਜ਼ 'ਚ ਕਿਉਂ ਜਾਂਦਾ ਹੈਗਾ ਅਗਲੇ ਨੂੰ ਪੁੱਗਦਾ ਉਹਦੇ 'ਚ ਗੁੰਜਾਇਸ ਆ ਮਰਸਡੀਜ਼ ਰੱਖਣ ਵਾਲੇ ਆਪਾਂ ਉਹਨੂੰ ਪਛਾੜੋ ਨਾ ਉਹਨਾਂ ਨੂੰ ਕੱਟੋ ਨਾ ਉਹਨਾਂ ਨੂੰ ਗਲਤ ਨਾ ਮਤਲਬ ਬੋਲੋ ਵੀ ਜਿਹੜਾ ਆਪਾਂ ਆਪਣੀ ਸੋਚੋ ਤੋਂ ਬਾਹਰ ਆ ਜੇ ਅਸੀਂ ਨਹੀਂ ਕਰ ਸਕਦੇ ਤੇ ਆਪਾਂ ਉਹਨਾਂ ਨੂੰ ਵੀ ਮਾੜਾ ਕਹਿਣ ਲੱਗ ਜਾਂਦੇ ਹਾਂ ਇਹ ਗੱਲ ਠੀਕ ਨਹੀਂ ਹੈ
ਉਹਨਾਂ ਜਿਹੜਾ ਐਂ ਵਧੀਆ ਵੱਡੀਆਂ ਮੁੰਡੀਆਂ ਮੁੰਡਲੀਆਂ ਬਾਜੀਆਂ ਹੁੰਦੀਆਂ ਨੇ ਉਹ ਮਾਤਮ ਦੇ ਇਹੀ ਹੁੰਦਾ ਵੀ ਤੂੰ ਤਰਸਾਵ ਦੇ ਹੋਣ ਹਾਂਜੀ ਉਹ ਬਾਜੀ ਵਧੀਆ ਸਾਫ਼ ਹੋਵੇ ਬਿਲਕੁਲ ਜੀ ਜੇ ਹੁਣ ਵਧੀਆ ਜੇ ਤੁਸੀਂ ਲਾ ਲਓ ਵੀ ਵਧੀਆ ਨਾਮ ਰੱਖਿਆ ਬੰਦਿਆਂ ਦਾ ਉੱਥੇ ਐਂਟਰੀ ਬੰਦਾ 1200 ਰੱਖ ਦੇ 1700 ਰੱਖ ਦੇਵੇ ਤੁਹਾਨੂੰ ਪਤਾ ਵੀ ਕਿੰਨੇ ਕੂਤਰ ਨੇ ਮੈਂ ਤਾਂ ਇੱਕ ਹੋਰ ਸਕੀਮ ਲਾਈ ਹੋਈ ਹੈ ਜੀ ਜਿਵੇਂ ਜਿਹੜੀਆਂ ਵਧੀਆ ਬਾਜੀਆਂ ਉੱਡਦੀਆਂ ਨਾ ਮੰਨ ਲਓ ਇਹਦੇ ਵਿੱਚ ਜੇ 500 ਕਬੂਤਰ ਹੋ ਜਾਂਦਾ ਨਾ ਪੰਜ ਦਿਨ 100-100 ਉਡਾਓ ਉੱਪਰ ਵਾਲੇ ਪੰਜ ਪੰਜ ਚੱਕੋ ਪੰਜੇ ਦਿਨ ਜੇਕਰ ਆਪਾਂ ਬਹੁਤ ਤਰੀਕੇ ਹੈਗੇ ਨੇ ਪੰਜ ਪੰਜ ਚੱਕ ਲਓ ਪੰਜੇ ਦਿਨ ਉੱਪਰ ਵਾਲੇ ਜੀ ਫਿਰ ਉਹ 25 ਕਬੂਤਰ ਬਚ ਗਏ 25 ਕਬੂਤਰ ਬਚੇ ਨਾ ਜੀ ਇੱਕ ਦਿਨ ਰੱਖ ਲਓ ਫਿਰ ਉਹਨਾਂ 25 ਦਾ ਜੀ ਆਪੇ ਫਾਈਨਲ ਹੋ ਜਾਣਾ ਨਾਲੇ ਬਾਜੀ ਵੱਡੀ ਆ ਪੈਸੇ ਖਰਚੇ ਦੇ ਹਨ ਪੈਸੇ ਖਰਚੇ ਦੇ ਉਹਦੇ ਵਿੱਚ ਆਪੇ ਪਤਾ ਲੱਗ ਜੂਗਾ ਕਿਹੜਾ ਕਿੰਨੇ ਪਾਣੀ 'ਚ ਹੈਗਾ ਜੀ ਮਤਲਬ ਉਹ ਤਾਂ ਇੱਕ ਦਿਨ ਹੀ ਫਿਰ ਆਉਣੇ ਨਾ ਇਹ ਕਿਸੇ ਨੂੰ ਇਹ ਨਹੀਂ ਰਹਿ ਜੂਗਾ ਵੀ ਇੱਦਾਂ ਹੋਇਆ ਜਾਂ ਉੱਦਾਂ ਹੋਇਆ ਪਰ ਗਰਮੀ ਦਾ ਤੁਹਾਨੂੰ ਪਤਾ ਜਿਹੜਾ ਇੱਕ ਕਬੂਤਰ ਜੇ ਹੁਣ ਗਰਮੀ ਆ ਤਾਂ ਇੱਕ ਦਿਨ ਕਬੂਤਰ ਦਾ ਜਿੱਦਾਂ ਲਾ ਲਓ ਵੀ ਉੱਡ ਜਾਏ ਮਸਾ ਜਿਹਦਾ ਚੰਗਾ ਉਹ ਵੀ ਉੱਡ ਹਾਂਜੀ ਪਾੜਾ ਤਾਂ ਉਹ ਬਿਲਕੁਲ ਤੁਹਾਨੂੰ ਪਤਾ ਟੈਂਪਰੇਚਰ 42 ਤੋਂ 43 ਟੈਂਪਰੇਚਰ ਹੁੰਦਾ ਹਾਂਜੀ ਜੇ ਜਦ ਪੂਰਾ ਕੜਾ ਤੁਹਾਨੂੰ ਪਤਾ ਇਹਦੀ ਗਰਮੀ ਪਈ ਆ ਹਾਂਜੀ ਤੁਹਾਨੂੰ ਪਤਾ ਕੋਈ ਬਾਜੀ ਲੰਬੀ ਗਈ ਆ ਸਾਰੇ ਚਾਰ ਦੇ ਲੱਗ ਕੇ ਸਾਰੇ ਵਜੋਂ ਸਹੀ ਹੈ ਜੀ ਬਹੁਤ ਗਰਮੀ ਪਈ ਆ ਗਰਮੀ ਵੱਧ ਹੋਈ ਇਹ ਤਾਂ ਜਦ ਗਰਮੀ ਪੈਣੀ ਆ ਫਿਰ ਤਾਂ ਬਾਜੀ ਮੁੱਕਣੀ ਬਿਲਕੁਲ ਜੀ ਰਾਈਟ ਬਾਕੀ ਜਿਹੜੇ ਬੰਦੇ ਉਹਨਾਂ ਦੇ ਜੱਜ ਆ ਉਹਨਾਂ ਦੇ ਸਿਰ 'ਤੇ ਸਾਫ਼ ਹੋ ਜਾਵੇ ਬਾਜੀ ਦਾ ਜਿਹਦੀ ਹੱਥ ਜਿੱਤ ਆ ਉਹਨੂੰ ਮਿਲ ਜਾਵੇ ਉਹਦੇ ਵਾਲੀ ਰੀਸ ਬਿਲਕੁਲ ਜੀ ਆਪਣੇ ਦੇਸ਼ ਦੇ ਨੂੰ ਵਿਚਾਰਾ ਜੀ ਸਹੀ ਹੈ ਜੀ ਬਾਕੀ ਜੀ ਤੁਹਾਡੇ ਵਰਗੇ ਐਨ ਆਰ ਆਈ ਭਰਾਵਾਂ ਦੇ ਕਰਕੇ ਨਾ ਸ਼ੌਂਕ ਜਿਹੜਾ ਹੈਗਾ ਵਧੀਆ ਹੋ ਰਿਹਾ ਹੈਗਾ ਜੀ ਕਿਉਂਕਿ ਸਪੋਰਟ ਆ ਤੁਹਾਡੀ ਸਾਰੇ ਜਿੰਨੇ ਵੀ ਬਾਹਰ ਬੈਠੇ ਹਨ ਉਹਨਾਂ ਕਰਕੇ ਹੀ ਸ਼ੌਂਕ ਜਿਹੜਾ ਵਧੀਆ ਹੋ ਰਿਹਾ ਕਿਉਂਕਿ ਜੇਕਰ ਕਿਤੇ ਮੋਟਰਸਾਈਕਲ ਟਰੈਕਟਰ ਜਾਂ ਕਾਰਾਂ ਇਨਾਮ 'ਚ ਹੈ ਨਾ ਅਤੇ ਐਨ ਆਰ ਆਈ ਭਰਾਵਾਂ ਦੀ ਬਦੌਲਤ ਆ ਬਾਈ ਅਸੀਂ ਇੱਥੇ ਬੈਠ ਕੇ ਜਾਂ ਕਿੱਡਾ ਵੀ ਕੋਈ ਲਾਣੇਦਾਰ ਹੈਗਾ ਨਾ ਉਹ ਇਨਾਮ ਦੇ ਕੇ ਖੁਸ਼ ਨਹੀਂ ਹੈਗਾ ਠੀਕ ਹੈ ਜੀ ਪੈਸੇ ਜੇਬ 'ਚੋਂ ਕੱਢਣੇ ਬਹੁਤ ਔਖੇ ਨੇ ਗੱਲਾਂ ਤਾਂ ਅਸੀਂ ਕਰ ਦਿੰਦੇ ਬਹੁਤ ਬਹੁਤ ਵੱਡੀਆਂ ਵੀ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ ਜੇ ਇੱਥੇ ਬੈਠਾ ਵੀ ਕੋਈ ਛਾਲਾਂ ਮਾਰਦਾ ਨਾ ਤਾਂ ਬਾਹਰ ਵਾਲੇ ਭਰਾਵਾਂ ਦੇ ਸਿਰ 'ਤੇ ਮਾਰਦਾ ਜੀ ਕਿਉਂਕਿ ਐਡੇ ਪੈਸੇ ਕਿਸੇ ਕੋਲ ਇੱਥੇ ਨਹੀਂ ਹੈਗੇ ਹੋਊਗਾ ਜੇ ਕੋਈ ਤਾਂ 100 ਚੋਂ ਇੱਕ ਬੰਦਾ ਹੋਊਗਾ ਜੀ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਰਾ ਦਾਂਗੇ ਜਾਂ ਅਸੀਂ ਨਹੀਂ ਜੀ ਇੱਥੇ ਤਾਂ 5-5, 10-10 ਹਜ਼ਾਰ ਵੀਰ ਭਰਾ ਪਾ ਕੇ ਉਹ ਇੱਕ ਤਾਂ ਮੋਟਰਸਾਈਕਲ ਦੇ ਸਕਦੇ ਆ ਵੀ ਜੇ ਅਸੀਂ ਗੱਡੀਆਂ ਟਰੈਕਟਰਾਂ ਦੀ ਗੱਲ ਕਰੀਏ ਤਾਂ ਉਹ ਔਖਾ ਹੋ ਜਾਂਦਾ ਜੀ ਇਹਨਾਂ ਵਾਸਤੇ ਕਿਸੇ ਵੀ ਗੇਮ ਚਾਹੀਦੇ ਆਪਾਂ ਕੰਪਿਊਟਰ ਦੀ ਜੇ ਵੀ ਬਿਲਕੁਲ ਇੱਕ ਬਾਜੀ ਪਿੰਡ ਦੀ ਸਹਿਮਤੀ ਨਾ ਹੋਣੀ ਚਾਹੀਦੀ ਆ ਜਿੰਨੀ ਦੇਰ ਤੱਕ ਪਿੰਡ ਦੀ ਪੰਚਾਇਤ ਸਹਿਮਤ ਨਹੀਂ ਨਾ ਹੁੰਦੀ ਉਨੀ ਦੇਰ ਤੱਕ ਬਾਜੀ ਨਾ ਰੱਖੋ ਬਾਅਦ 'ਚ ਪੁਲਿਸ ਵਾਲੇ ਤੁਰੇ ਦੇ ਹੁੰਦੇ ਆ ਜੀ ਤੰਗ ਕਰਨ ਵਾਸਤੇ ਇਹ ਚੀਜ਼ਾਂ ਆ ਬਾਈ ਜਿਹੜੀਆਂ ਇੱਕ ਹੋਰ ਗੱਲ ਆਪਾਂ ਕਹਿ ਦਈਏ ਕਿ ਜਿਹੜੀਆਂ ਬਾਜੀਆਂ ਦੀ ਐਂਟਰੀ ਆ ਨਾ ਸਾਲ ਸਾਲ ਪਹਿਲਾਂ ਲੈਂਦੇ ਇਹ ਗਲਤ ਆ ਜੀ ਇਹ ਗਲਤ ਆ ਸਾਲ ਸਾਲ ਪਹਿਲਾਂ ਕੀ ਲੋੜ ਆ ਜੀ ਲੈਣ ਦੀ ਬਾਜੀ ਜਦੋਂ ਜਾ ਕੇ ਮਈ 'ਚ ਹੋਣੀ ਆ ਫਰਵਰੀ ਮਾਰਚ 'ਚ ਲੈ ਲਓ ਐਂਟਰੀ ਮਹੀਨਾ 2 ਮਹੀਨੇ ਪਹਿਲਾਂ ਜਿਹੜੀ ਗਲਤ ਗੱਲ ਆ ਉਹਨੂੰ ਗਲਤ ਕਵਾਂਗੇ ਜਿਹੜੀ ਸਹੀ ਆ ਉਹਨੂੰ ਸਹੀ ਕਵਾਂਗੇ ਜਾਂ ਤਾਂ ਕੋਈ ਮਤਲਬ ਹੋਵੇ ਇਸ ਚੀਜ਼ ਦਾ ਪਹਿਲਾਂ ਲੈਣ ਦਾ ਕੋਈ ਕਾਰਨ ਸਪਸ਼ਟ ਕਰੋ ਵੀ ਇਹਦਾ ਕਾਰਨ ਇਹ ਹੈਗਾ ਜੀ ਪਤਾ ਕੀ ਆ ਜੇ ਕੋਈ ਵਧੀਆ ਕਲੱਬ ਬਾਜੀ ਕਰਾਉਂਦਾ ਜਾਂ ਤੇ ਉਹ ਲੈਂਦਾ ਵੀ ਆ ਮਤਲਬ ਉਹ ਬੰਦੇ ਪੱਕੇ ਬੰਦੇ ਆ ਕੋਈ ਡਰ ਵੀ ਹੈ ਨਹੀਂ ਉਹ ਆਪਣੇ ਰੱਖਣ ਦੇ ਆਪਣੇ ਰੱਖਣ ਜਿਹੜੇ ਹੁਣ ਵਿੱਚ ਬੰਦੇ ਹੈਗੇ ਆ ਵੀ ਬਾਜੀ ਬੋਲ ਦਿੰਦੇ ਆ ਜੀ ਉਹ ਪੋਸਟ ਬਣਾ ਕੇ ਪਾਤਾ ਪੈਸੇ ਖਾਂਦੇ ਆ ਜੀ ਬੰਦੇ ਭੱਜ ਗਏ ਮੋਟਰਸਾਈਕਲ ਦੇਣੇ ਆ ਬੰਦੇ ਦੇਣੇ ਆ ਉਹ ਮੈਨੂੰ ਵੀ ਹੁੰਦਾ ਵੀ ਨਹੀਂ ਯਾਰ ਬਾਜੀ ਵਧੀਆ ਹੋਣੀ ਆਪਾਂ ਵੀ ਦਿਓ 5000 ਰੈਂਟ ਯਾਰ ਉਹ ਬੰਦਿਆਂ ਲਈ ਥੋੜ੍ਹਾ ਜਿਹਾ ਕਵੇਜ ਕਰਨਾ ਚਾਹੀਦਾ ਲੱਗ ਵਾਲਾ ਟਰੈਕਟਰ ਦੇ ਸਾਰੇ ਪੈਸੇ ਖਾ ਗਿਆ ਜੀ ਬਾਜੀ ਹੋਣੀ ਸੀ ਜਿਹੜੀ 3-4 ਸਾਲ ਪਹਿਲਾਂ ਜਿਹੜੀ ਐਂਟਰੀਆਂ ਲਈਆਂ ਸੀ ਜੀ ਸਾਰੇ ਪੈਸੇ ਖਾ ਗਏ ਜੀ ਕਾਫੀ ਬੰਦਿਆਂ ਨੇ ਉੱਥੇ ਐਂਟਰੀਆਂ ਦਿੱਤੀਆਂ ਸੀ 3200 ਰੁਪਏ ਸ਼ਾਇਦ ਐਂਟਰੀ ਅਤੇ ਇੱਕ ਹੋਰ ਗੱਲ ਬਾਈ ਪੋਸਟਰ ਉਹੀ ਭਰਾ ਪਾਇਆ ਕਰੇ ਜਿਨ੍ਹਾਂ ਨੇ ਐਂਟਰੀ ਲੈਣੀ ਹੋਵੇ ਐਂਟਰੀਆਂ ਪੂਰੀਆਂ ਹੋਈਆਂ ਹੁੰਦੀਆਂ ਆ ਅਤੇ ਪੋਸਟਰ ਵਾਰ ਵਾਰ ਗਰੁੱਪ 'ਚ ਸੁੱਟੀ ਜਾਂਦੇ ਆ ਉੱਪਰ ਨੰਬਰ ਵੀ ਦਿੱਤੇ ਦੇ ਹੁੰਦੇ ਆ ਪੋਸਟਰ ਪਾਉਣ ਦਾ ਕੀ ਮਤਲਬ ਹੈਗਾ ਜਦੋਂ ਤੁਹਾਡੀਆਂ ਐਂਟਰੀਆਂ ਪੂਰੀਆਂ ਸਾਰਾ ਕੁਝ ਉੱਪਰੀਆਂ ਫਿਰ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਫਿਰ ਕੀ ਦੱਸਣਾ ਚਾਹੁੰਦੇ ਹੋ ਲੋਕਾਂ ਨੇ ਤਾਂ ਫਿਰ ਗਾਲਾਂ ਕੱਢਣੀਆਂ ਹੀ ਆ ਫਿਰ ਪੋਸਟਰ ਕਾਹਨੂੰ ਪਾਉਂਦੇ ਹੋ ਜੇਕਰ ਤੁਸੀਂ ਐਂਟਰੀ ਨਹੀਂ ਲੈਣੀ ਤਾਂ ਭਾਜੀ ਹੁਣ ਤੁਸੀਂ ਹੋ ਤੁਹਾਨੂੰ ਕਿਸੇ ਨੇ ਪੋਸਟਰ ਪਾਇਆ ਤੁਸੀਂ ਉਹਨੂੰ ਫੋਨ ਕਰਦੇ ਹੋ ਭਾਜੀ ਮੈਂ ਐਂਟਰੀ ਦੇਣੀ ਆ ਨਹੀਂ ਜੀ ਐਂਟਰੀਆਂ ਪੂਰੀਆਂ ਫਿਰ ਪੋਸਟਰ ਕਾਹਨੂੰ ਪਾਇਆ ਬਾਈ ਜੇ ਐਂਟਰੀਆਂ ਤੇਰੀਆਂ ਪੂਰੀਆਂ ਹੈਗੀਆਂ ਫਿਰ ਲੋਕਾਂ ਨੇ ਫੋਨ ਕਰਨੇ ਆ ਫਿਰ ਕਹਿੰਦੇ ਜੀ ਫੋਨ ਐਵੇਂ ਕਰੀ ਜਾਂਦੇ ਫੋਨ ਤਾਂ ਕਰਨਗੇ ਬਾਈ ਤੁਸੀਂ ਨੰਬਰ ਦਿੱਤੇ ਹੋਏ ਆ
ਕਨੈਕਟ ਕਰਨਾ ਹੀ ਕਰਨਾ ਹੈਗਾ ਉਹਨਾਂ ਨੇ। ਇਸ ਕਰਕੇ ਤੁਸੀਂ ਸਾਰਾ ਕੁਝ ਸੋਚ ਵਿਚਾਰ ਕੇ ਜਿੰਨਾ ਵੀ ਹੈਗਾ ਉਹ ਕਰਿਆ ਕਰੋ। ਨਵੀਆਂ ਬਾਜ਼ੀਆਂ ਆ ਰਹੀਆਂ ਆ, ਜਿੰਨੀਆਂ ਵੀ ਐਂਟਰੀਆਂ ਹੁੰਦੀਆਂ ਆ, ਜੇ ਤਾਂ ਤੁਸੀਂ ਬਾਹਰ ਦੀਆਂ ਐਂਟਰੀਆਂ ਲੈਣੀਆਂ ਤਾਂ ਪੋਸਟਰ ਨੂੰ ਸ਼ੇਅਰ ਕਰ ਦਿਆ ਕਰੋ, ਨਹੀਂ ਤਾਂ ਫੋਨ 'ਤੇ ਹੀ ਲਗਭਗ 100 ਕਬੂਤਰ ਅੱਜ ਕੱਲ੍ਹ ਹੋ ਜਾਂਦਾ। ਤੁਸੀਂ ਮੂੰਹ 'ਚੋਂ ਕੱਢੋ 100 ਕਬੂਤਰ ਪੂਰਾ, ਇੰਨਾ ਹੈਗਾ ਆ। ਅਤੇ ਬਾਕੀ ਕਬੂਤਰ ਉਨੇ ਕੀ ਭਾਅ ਜੀ ਦੇ ਕਹਿਣ ਦੇ ਮੁਤਾਬਕ ਉਡਾਇਆ ਕਰੋ, ਜਿੰਨੇ ਕੁ ਤੁਸੀਂ ਸਾਂਭ ਸਕੋ, ਬਾਜੀ ਸਾਫ਼ ਸੁਥਰੀ ਹੋ ਸਕੇ, ਵਧੀਆ ਸਾਫ਼ ਹੋਵੇ। ਉਨੇ ਕਬੂਤਰ ਕਰੋ, ਪਿੰਡ 80-85 ਕਬੂਤਰ ਹੋਣ ਜੀ, ਮੇਰੇ ਸਾਨੂੰ ਬਹੁਤ ਵਧੀਆ ਚੀਜ਼ ਆ। ਬਿਲਕੁਲ ਜੀ, 100 ਕਬੂਤਰ ਥੱਲੇ ਵਧੀਆ ਸਾਫ਼ ਹੁੰਦਾ, ਜਾਂ 100 ਤੋਂ ਵੱਧ ਟੱਪਦਾ। ਹਾਂਜੀ, ਗਰਮੀ ਨਹੀਂ ਪੈਂਦੀ, ਫਿਰ ਸਾਫ਼ ਕਰਨਾ ਤੁਹਾਨੂੰ ਬਹੁਤ ਔਖਾ ਔਖਾ ਹੋ ਜਾਂਦਾ ਜੀ। ਫਿਰ ਤਾਂ ਕਈ ਕਬੂਤਰ ਕਹਿੰਦੇ ਆ ਵੀ ਇੱਦਾਂ ਵੀ ਵਿੱਚ ਪਾਉਂਦੇ ਆ ਵੀ ਸਾਡਾ ਵੀ ਹੈਗਾ ਤੇ ਸਾਡਾ ਵੀ ਹੈਗਾ। ਰੌਣੇ ਵਾਲੀ ਗੱਲ ਹੋ ਜਾਂਦੀ ਹੈ, ਆਪਾਂ ਇਹ ਤਾਂ ਕਹਿੰਦੇ ਉੱਤੇ ਨੈੱਟ ਉੱਤੇ ਵੀ ਹਾਂ ਵੀ ਬੰਦਾ ਫਲਾਣਾ ਕਰਦਾ, ਉਹ ਤਾਂ ਵੀ ਆਪਾਂ ਕਹਿੰਦੇ, ਪਰ ਰੌਣੇ ਵਾਲੀ ਗੱਲ ਹੋ ਜਾਂਦੀ ਜਿਹੜਾ ਬੰਦਾ ਕਾਪੀ ਦਾ ਉਹਦਾ ਉਹਨੇ ਵੀ ਬਾਂਹ ਫੜ ਲਈ, ਮੇਰਾ ਵੀ ਹੈਗਾ ਉਹ ਵੀ ਬਾਂਹ ਫੜ ਲਈ, ਰੌਲਾ ਬਹੁਤ ਹੁੰਦਾ ਜੱਜਾਂ ਨੂੰ ਵੀ ਔਖਾ ਹੋ ਜਾਂਦਾ ਹਨ, ਜਦ ਦਿਲ ਲੱਗਿਆ ਹੁੰਦਾ ਫਿਰ ਉਹਨਾਂ ਨੂੰ ਵੀ ਸੌਖਾ ਸਾਰਾ ਕੁਝ। ਵਧੀਆ ਕਲੀਅਰ, ਵਧੀਆ ਗੇਮ ਇਹ, ਵਧੀਆ ਗੇਮ ਖੇਲੋ, ਜਿੱਤਾਂ ਆਪਾਂ ਚਲੋ ਮੁਕੰਦਰਾਂ ਦੀ ਹੁੰਦੀ ਆ। ਬਾਕੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਅਤੇ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਕੁਝ ਮਤਲਬ ਗੱਲਾਂ ਜਿਹੜੀਆਂ ਹੁੰਦੀਆਂ ਸੁਝਾਅ ਦੀਆਂ ਜਿਹੜੀਆਂ, ਉਹ ਨਵੇਂ ਖਿਡਾਰੀਆਂ ਨੂੰ ਜਿਹੜੀਆਂ ਆਪਾਂ ਦੱਸਦੇ ਰਹਿੰਦੇ ਹਾਂ ਜੀ, ਅੱਜ ਤੁਹਾਡੇ ਨਾਲ ਮਿਲੇ ਬਹੁਤ ਵਧੀਆ ਲੱਗਾ, ਅਤੇ ਧੰਨਵਾਦ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਵਿਰਾਟ ਪਿਜਨ ਕਲੱਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਅਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ, ਅਤੇ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ। ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।